بلندر صلوات ان ارمیاں خانے خصوص دعائے سارے مومن خوشنودی امام زمانہ واسطے ضرور امام زمانہ علیہ الصلوۃ والسلام واسطے باواز بلند صلوات ਮਨਾਉਣਾ ਮੈਂ ਸੈਦ ਹਰਜ਼ਦਾਰ ਦਾ ਤੁਸੀਂ ਜਿੱਥੋਂ ਜਿੱਥੋਂ ਮਜ਼ਲੂਮ ਨੇ ਕਰਬਲਾ ਦੇ ਜ਼ਿਕਰ ਦੀ ਖਾਤਰ ਚੱਲ ਰਹੇ ਹੋ ਅਸੀਂ ਸਦਾ ਤੁਹਾਡੇ ਮਮਨੂਨ ਹਾਂ ਅੱਜ ਤੇ ਆਪਣੇ ਜੋਗਿਆ ਟਾਈਮ ਕੋਈ ਨਹੀਂ ਤੁਸੀਂ ਸਦਾ ਦੀ ਜਾਗ ਨੂੰ ਰੋਣ ਵਾਸਤੇ ਟਾਈਮ ਕੱਢ ਕੇ ਆਏ ਹੋ ਇਮਾਮ ਹੁਸੈਨ ਬਾਦਸ਼ਾਹ ਦੀ ਪਾਕ ਉਮਾ ਤੁਹਾਨੂੰ ਦੁਨੀਆਂ ਦੇ ਕਿਸੇ ਗਮ ਚ ਨਾ ਰਵਾਵੇ ਸੋਏ ਗਮੇ ਹੁਸੈਨ ਤੋਂ ਤੁਹਾਨੂੰ ਕੋਈ ਗਮ ਨਾ ਮਿਲੇ ਖਸੂਸਨ ਦਵਾਏ ਭਾਈ ਅਲੀ ਆਬਦ ਭਾਈ ਮੁਸਤਾਕ ਭਾਈ ਕਾਸ਼ਿਫ ਬਾਕੀ ਜਿਤਨੀਆਂ ਜਮਾਨੇ ਜਿਤਨੇ ਅਹਿਬਾਬ ਨੇ ਸਾਰੇ ਵਾਸਤੇ ਦੁਆਏ ਬਾਕੀ ਮਾਮੇ ਜ਼ਮਾਨ ਅਲੈਹ ਸਲਾਤੁ ਵਸਲਾਮ ਇਨ ਅਸਾਦ ਦੀ ਹਿਫਾਜ਼ਤ ਫਰਮਾਨ ਔਰ ਖਸੂਸਨ ਸ਼ੁਕਰ ਗੁਜ਼ਾਰ ਹਾਂ ਪੀਰ ਕਿਬਲਾ ਸੈਦ ਬਹਿਰ ਮੁਸਾਇਬ ਜਨਾਬ ਸ਼ਵਾਰ ਹੈਦਰ ਸ਼ਾਹ ਸਾਹਿਬ ਦਾ ਕਿ ਉਹ ਤਸ਼ਰੀਫ ਲੈ ਆਏ ਨੇ ਤੇ ਔਰ ਖਸੂਸਨ ਦੁਆ ਹੈ ਕਿ ਬਾਨੀਆਂ ਨੇ ਮਜਲਿਸ ਔਰ ਖਸੂਸਨ ਅੱਜ ਦੀ ਪੂਰੀ ਵਿਸ਼ਾਈ ਪਾਕ ਆਪਣੀ ਬਾਰਗਾਹ ਵਿੱਚ ਕਬੂਲ ਮਨਜ਼ੂਰ ਫਰਮਾਉਣ ਅਗਰ ਕੋਈ ਬਿਮਾਰਤ ਮੌਲਾ ਸ਼ਫਾ ਅਤਾ ਫਰਮਾਏ ਬੇਰੁਜ਼ਗਾਰ ਮਾਲਕ ਰਿਜ਼ਕ ਅਤਾ ਫਰਮਾਉਣ ਔਰ ਖਸੂਸਨ ਮੌਲਾ ਇਮਾਮ ਹੁਸੈਨ ਬਾਦਸ਼ਾਹ ਆਪਣੇ ਪਾਕ ਪੁੱਤਰ ਦਾ ਸਦਕਾ ਸਾਨੂੰ ਸਾਰਿਆਂ ਨੂੰ ਆਪਣੀ ਜ਼ਿਆਰਤ ਤੋਂ ਮੁਸ਼ਰਫ ਫਰਮਾਉਣ ਨਾਰਾਏ ਤਕਬੀਰ ਨਾਰਾਏ ਰਿਸਾਲਤ ਬਾਵਾਜ਼ੇ ਬੁਲੰਦ ਯਕ ਜ਼ੁਬਾਨ ਆ ਰਹਾ ਹੈ ਹੈਦਰੀ ਹੁਸੈਨੀਅਤ ਸਭ ਮਿਲ ਕੇ ਹੁਸੈਨੀਅਤ ਯਜ਼ੀਦੀਅਤ ਯਜ਼ੀਦੀਅਤ ਜਿਤਨੀ ਮੁਹੱਬਤ ਨਾਲ ਆਏ ਨੇ ਉਤਨੀ ਮੁਹੱਬਤ ਨਾਲ ਤੁਸੀਂ ਸੁਣ ਰਹੇ ਸਲਵਾਤ ਐਸੀ ਹੋ ਜੋ ਬਾਦਸ਼ਾਹ ਰਜ਼ਾਦ ਹਰਮ ਯਾਦ ਆ ਜਾਵੇ
اللہ
ਸਾਰੇ ਦੀਨੇ ਇਸਲਾਮ ਨੂੰ ਸਾਡੇ ਤੱਕ ਪਹੁੰਚਾਉਣ ਵਾਸਤੇ ਹਸਤੀਆਂ ਵੀ ਉਹ ਚੁਣੀਆਂ ਜਿਹੜੇ ਜੋ ਬੋਲਣ ਤਾਂ ਸੱਚ ਹੋਵੇ, ਸਿਰ ਨਹੀਂ ਜ਼ੁਬਾਨ ਹੱਲੇ, ਜੋ ਬੋਲਣ ਤਾਂ ਸੱਚ ਹੋਵੇ, ਜੋ ਵੇਖਣ ਉਹ ਹੱਕ ਹੋਵੇ, ਯਾਨੀ ਜਿਹੜੇ ਮਾਸੂਮ ਹੋਵੇ। ਅੱਲਾ ਨੇ ਮਾਸੂਮੀਨ ਦੇ ਜ਼ਰੀਏ ਨਾਲ ਇਸਲਾਮ ਨੂੰ ਸਾਡੇ ਤੱਕ ਪਹੁੰਚਾਇਆ। ਮਾਸੂਮ ਦੀ ਤਾਰੀਫ ਕਿਆ ਹੈ? ਮਾਸੂਮ ਉਹ ਨਹੀਂ ਹੁੰਦਾ ਜਿਹੜਾ ਗੁਨਾਹ ਨਾ ਕਰੇ, ਮਾਸੂਮ ਉਹ ਹੁੰਦਾ ਜਿਸ ਤੋਂ ਗੁਨਾਹ ਹੋਵੇ ਹੀ ਨਹੀਂ। ਮਾਸੂਮ ਉਹ ਹੁੰਦਾ ਜੀ ਜਿਸ ਤੋਂ ਗੁਨਾਹ ਹੋਵੇ ਹੀ ਨਹੀਂ। ਅੱਲਾ ਨੇ ਜਿਹੜਾ ਦੀਨ ਦਾ ਸਭ ਤੋਂ ਪਹਿਲਾ ਖਲੀਫਾ ਮੁਕਰਰ ਕੀਤਾ, ਉਸ ਪਹਿਲੇ ਖਲੀਫਾ ਦਾ ਨਾਮ ਹੈ ਹਜ਼ਰਤ ਆਦਮ। ਸ਼ੀਆ ਸੁਨੀ ਭਾਈਓ, ਇਹਨੂੰ ਅੱਲਾ ਨੇ ਆਦਮ ਨੂੰ ਬਣਾਇਆ, ਇਹਨੂੰ ਅੱਲਾ ਨੇ ਆਖਿਆ ਸਾਰੇ ਸਜਦਾ ਕਰੋ, ਸਾਰਿਆਂ ਸਜਦਾ ਕੀਤਾ, ਇਲਾ ਇਬਲੀਸ, ਇਬਲੀਸ ਨਾ ਕੀਤਾ। ਇਬਲੀਸ ਅੱਲਾ ਨਾਲ ਆਡਾ ਲਾ ਲਿਆ, ਅੱਲਾ ਨੂੰ ਪਿਆਦਾ ਮੈਂ ਸਿਰਫ ਤਿੰਨ ਮੰਨਦਾ, ਸਿਰਫ ਤਿੰਨ ਮੰਨਦਾ, ਸਿਰਫ ਤਿੰਨ ਮੰਨਦਾ। ਅੱਲਾਹ ਮੈਂ ਗੱਲ ਕਰਨ ਲੱਗਾ, ਹਰ ਗੱਲ ਹਰ ਬੰਦੇ ਵਾਸਤੇ ਨਹੀਂ ਆਉਂਦੀ। ਕਦੀਮੀਆਂ ਦਾ ਦਾਰ ਬਜ਼ੁਰਗ ਕਸਰਤ ਨਾਮ ਮੇਨ ਸਿੱਧ ਸ਼ਰੀਫ ਫਰਮਾਇਆ ਤੋਂ ਮੈਂ ਜੁਮਲਾ ਆਂਦਾ, ਪੂਰੀ ਦੁਨੀਆ ਦੀ, ਪਾਕਿਸਤਾਨ ਦੀ ਨਹੀਂ, ਪੂਰੀ ਦੁਨੀਆ ਦੀ, ਜਿਹੜੀ ਵੱਡੀ ਤੋਂ ਵੱਡੀ ਅਦਾਲਤ ਹੈ, ਪੂਰੀ ਦੁਨੀਆ ਦੀ ਹਰ ਅਦਾਲਤ ਦੀ ਸਭ ਤੋਂ ਆਖਰੀ ਸਜ਼ਾ ਹੈ ਸਜ਼ਾਏ ਮੌਤ। ਇਸ ਤੋਂ ਅੱਗੇ ਤੇ ਕੋਈ ਸਜ਼ਾ ਨਹੀਂ। ਅੱਲਾਹ ਦੀ ਅਦਾਲਤ ਦੀ ਸਭ ਤੋਂ ਵੱਡੀ ਸਜ਼ਾ ਹੈ ਲਾਨਤ। ਸ਼ੈਤਾਨ ਜੋ ਸਜਦਾ ਨਹੀਂ ਕੀਤਾ, ਅੱਲਾ ਮੌਤ ਕਿਉਂ ਨਹੀਂ ਦਿੱਤੀ ਸ਼ੈਤਾਨ? ਮਾਰ ਛੁੜੇਂਦਾ, ਕਿਉਂਕਿ ਤੌਹੀਦ ਜਾਣਦੀ ਹੈ, ਬੰਦਾ ਮਰ ਗਿਆ ਤਾਂ ਜਾਨ ਛੁੱਟ ਵੈਂਦੀ ਹੈ। ਲਾਨਤ ਉਹ ਸਜ਼ਾ ਹੈ ਸਦੀਆਂ ਦੇ ਬਾਅਦ ਕਬਰ ਚ ਪਿੱਛਾ ਨਹੀਂ ਛੁੜੇ। ਅੱਲਾਹ ਕਿਆ ਤੇਰੇ ਤੇ ਲਾਨਤ, ਮੇਰੇ ਦਰਬਾਰ ਚੋਂ ਨਿਕਲ। ਉਸ ਅੱਗੇ ਨਿਕਲਦਾ ਹਾਂ ਪਰ ਅਜਰ ਮੰਗਦਾ, ਜਿਹੜੀਆਂ ਨਮਾਜ਼ਾਂ ਮੈਂ ਪੜ੍ਹਦਾ ਰਹਾਂ। ਇੱਕ ਤਾਂ ਜਿਹੜੇ ਨਮਾਜ਼ ਹੀ ਆਉਂਦੇ ਨਾ ਜੀ, ਅਜਰ ਮੌਕੇ ਤੇ ਮੰਗਦਾ ਜੀ, ਅਜਰ ਮੰਗਦਾ। ਅੱਲਾਹ ਕਿਆ ਮੰਗ ਕੇ ਮੰਗਦਾ? ਪਿਆਦਾ ਮੈਨੂੰ ਕਿਆਮਤ ਤੱਕ ਜ਼ਿੰਦਗੀ ਅਤਾ। ਅੱਲਾਹ ਕਿਆ ਕਿਆਮਤ ਤੱਕ ਨਹੀਂ, ਵੰਜ ਵਕਤੇ ਮਾਲੂਮ ਤੱਕ। ਮੈਂ ਅੱਲਾਹ ਨੇ ਤੈਨੂੰ ਜ਼ਿੰਦਗੀ ਅਤਾ ਕਰ ਛੋੜੀ। ਪਹਿਲਾ ਜੁਮਲਾ ਫਜ਼ੀਲਤ ਦਾ ਮੇਰੇ ਵਾਲੇ ਪਾਸੇ ਵੇਖਿਆ, ਤੁਰਦਾ ਪਏ ਜਾਂ ਤੁਰਦੀ ਜਾ ਕੇ ਅੱਲਾਹ ਦਾ ਆਵਾਜ਼ ਹੈ, ਸ਼ੈਤਾਨ ਇਤਨੀ ਜ਼ਿੰਦਗੀ ਨੂੰ ਕਰੇ ਸੇ ਕਿਆ। ਪਿਆਦਾ ਜਿਸ ਆਦਮ ਦੇ ਬਦਲੇ ਮੈਂ ਆਪਣੇ ਦਰਬਾਰ ਚੋਂ ਕੱਢੀਏ, ਇਸੇ ਆਦਮ ਦੇ ਪੁੱਤਰਾਂ ਦੇ ਰਸਤੇ ਤੇ ਵੰਜ ਬਹਸਾਂ, ਇਸੇ ਆਦਮ ਦੀ ਔਲਾਦ ਹੁਸੀ, ਇਸੇ ਆਦਮ ਦੇ ਪੁੱਤਰਾਂ ਦੇ ਮੂੰਹ ਚੋਂ, ਨਬੀ ਬਸ਼ਰ ਹੈ, ਨਬੀ ਬਸ਼ਰ ਹੈ, ਨਬੀ ਬਸ਼ਰ ਹੈ, ਨਬੀ ਬਸ਼ਰ ਹੈ, ਮੈਂ ਨਾ ਖਾਵਾਂ, ਮੈਨੂੰ ਸ਼ੈਤਾਨ ਹੀ ਨਾ ਕੇ ਹਿਜਾਬੇ ਕੁਦਰਤੇ ਤੁਗਿਆਨੀਆਂ ਪੈਦਾ ਹੋਈਆਂ। ਅੱਲਾਹ ਦਾ ਵਾਦ ਹੈ, ਸ਼ੈਤਾਨ ਗਲ ਗੌਰ ਨਾਲ ਸੁਣ, ਅਗਰ ਤੂੰ ਆਦਮ ਦੀ ਔਲਾਦ ਨੂੰ ਜ਼ਲੀਲ ਕਰੇ ਸੇ, ਵਤ ਮੈਂ ਵੀ ਮਲੰਗਾ ਨੇ ਹੈਦਰੇ ਕਰਾਰ ਦੀ ਇੱਕ ਜਮਾਤ ਬਣੇ ਸਾਂ। ਅੱਲਾਹ ਦਾ ਵਾਦ ਹੈ, ਗਲ ਗੌਰ ਨਾਲ ਸੁਣ, ਅਗਰ ਤੂੰ ਆਦਮ ਦੀ ਔਲਾਦ ਨੂੰ ਜ਼ਲੀਲ ਕਰੇ ਸੇ, ਵਤ ਕਾਲੇ ਚੋਲੇ ਪਵਾ ਕੇ, ਹੱਥਾਂ ਤੇ ਕੜੀਆਂ ਪਵਾ ਕੇ, ਹੱਥਾਂ ਚ ਮੁਤਾਰਾ ਨਾ ਪਾ ਕੇ, ਗਲੀ ਗਲੀ ਨਗਰ ਨਗਰ ਨਬੀ ਨੂੰ ਬਸ਼ਰਾ ਖੜਾ ਲਿਆ ਤੇ ਲਾਨਤ ਦੀਆਂ ਤਸਵੀਰਾਂ ਨਾ ਕਰਾਵਾ ਮੈਨੂੰ ਰਾਬੇ ਨਾਲ। ਜਿਹੜੇ ਖੇਲ ਗਏ ਮੌਲਾ ਦੇ ਜ਼ਿਕਰ ਨਾਲ, ਤੁਹਾਨੂੰ ਫਰਮਾਨ ਮੌਲਾ ਦਾ ਯਾਦ ਆ ਗਈ ਹੈ, ਬੰਦੇ
تھوڑے مگر عقیدے والے بولے سن مولا علی فرماندے نو اس وقت تک کو بندہ مر نہیں سکتا جب تک میں علی اونے سامنے نہ آوے پورا سن لو تاکہ ہر چہرے پہ خوشی آوے مولا فرماندے اس وقت تک کو بندہ مار ہی نہیں سکتا جب تک میں علی دے سامنے نہ آ جاواں پر مولا فرماندے نے وکھری گل ہے کوئی مینوں ویکھن واسطے مردا ہے کوئی مینوں ویکھ کے مروے گا محمد اگر تین امیر نال گل کرنی پوے تا ابو طالب دی طاقت ہے غریب نو روٹی دینی پوے تے خدیجہ دی دولت ایک جناب خدیجہ کلکبرہ اور ایک سرکار ابو طالب کون ہے حسن دی نانی جناب خدیجہ کلکبرہ مستور نہیں ملیکہ تو لرب سے دیرے دار میں تشریف فرماؤ تو سجولے دی قدر کر سکتے ہو جس منڈی حسن دی نانی دے اٹھ آوے نے منڈیاں دے بھاوا جو ہے میں نشائے پہ جملہ پہنچا نہیں سکیا میں کوشش کرے نہ کوئی لگ میں نہ سزا محل لینا ٹپے تے جناب خدیجہ ہزاراں دا مجمع جمع غفیر پہ رکھن دی جا بھرے مجمع بی بی نے گل کیتی سمجھو تا اس گل وچ معراج ہے نہ سمجھو تا گل نہیں کوئی نہیں مخدومہ فرمایا تے سارے وچ کو بندہ ایسا نہیں جس میرے پیسے نہیں دے اس دور دی گل پہ کردا جنا بندیا ایک درہم ہی نہیں ڈٹھا ہویا انہاں بندے آج بندے نے کہ بی بی ساڈے واسطے کوئی آپشن ہے ساڈے واسطے کوئی رعایت ہے اسی تو ٹھیک کر جاویے مکہ مدینہ دی سردار خدیجہ نبی دی زوجہ دے چہرے تے جلال آیا بی بی پیا دی ایک آپشن ہے ایک رعایت ہے میں بیر دروازے تے کھلوندی ہاں سارے لنگدے جاؤ کلمہ محمد دا پڑھدے جاؤ میں قرضہ معاف کرے دے چار سترہ کا مول لیں
शायर आ गया, मैं तेरी तहारत की हद क्या बताऊं। सैन मलिका कबर इज्जत के पड़ता, मैं तेरी तहारत की हद क्या बताऊं, मैं तेरी तहारत की हद क्या बताऊं, तेरा शीर पी पी के जहरा पली है। मैं तेरी तहारत की हद क्या बताऊं, तेरा शीर पी पी के जहरा पली है। जो हसनैन जैसे नवासे हैं तेरे, तो दामाद भी तेरा मौलाद।
سمجھاؤں جی سمجھو عقل مسافر جڑا شان عمران دی نہیں سمجھا اون جی سمجھو عقل مسافر ہے انصاف دی پامالی وچ ای فلسفہ سوچ تو وافر ہے اور جے کار معیار محمد ہے تو صرف ازوار کو اتنا دس تو جالی چھوڑ کے حاجی ہے جس چاہ کے پالے ہے کافر اس
حضرت ابو طالب دا جملہ جڑا میں ہن پڑھن لگا نا ساری مجلس جتنی پڑھ چکے ہیں ایک پاسے جملے دا وزن ایک پاسے اور اس تو بڑا جملہ میرے کول ہے بھی کوئی نہیں میں بول کے جواب دیو اگر کسی دا بیٹا کسی جگہ تے بیٹھا ہوے پتر کسی دا پیو آ جاوے تو اس دا حق بن دے میں باپ دے واسطے جگہ چھوڑ دے باپ دے احترام میں کھڑا ہو جا مثال دے طور تے اگر امام زمانہ منبر تے ہوویں مولا حسن عسکری آ جاوے تو امام زمانہ نوں اٹھنا پوسے اگر مولا حسن عسکری منبر تے ہوویں مولا علی نقی آ جاوے تو مولا عسکری نوں مسئلہ چھوڑ نہیں پوسے اگر مولا تقی آ جاوے مولا نقی اٹھنا پوسے اگر مولا رضا آ جاوے مولا تقی نوں مسئلہ چھوڑ نہیں پوسے اگر مولا موسیٰ کاظم آ جاوے مولا رضا نوں استقبال وچ کھڑا ہونا پوسے اگر مولا جعفر آ جاوے مولا موسیٰ کاظم نوں مسئلہ چھوڑ نہیں پوسے اگر مولا باقر آ جاوے مولا جعفر نوں استقبال وچ کھڑا ہونا پوسے کتنی راہ کر سکدے ہو عزت ابو طالب تے اگر مولا سجاد آوے مولا باقر اٹھنا پوسے اگر مولا حسین آوے مولا سجاد نوں استقبال وچ اٹھنا پوسے مولا حسن آوے مولا حسین اٹھنا پوسے اس علاقے والے علی آوے تو یار امام اٹھنا پوسے ابو طالب آوے تو بار امام امام زمانہ دے قدمہ تے لگن حیدری جے کافر ہے ابو طالب تے کیوں مودی اولاد رولائی گئی عمران دے قدمہ نہیں پڑیا کیوں مودی اولاد رولائی گئی سر ننگے وچ بازار آمے کیوں شہر با شہر جی میں کچھ جی میں کچھ ہائے دل وچ نکل دی تاں جے دل وچ مظلوم دے اجڑن دا دا چاو بازار وچ فروغ ہرس لینا بڑی شوکھا گلاں کر لینیاں بڑیاں شوکھیاں مگر کسے غریب دیاں دھیاں دے اجڑن تے ہائے کرنا بہو پہلا جملہ دا ماتمی دی واسطے اے نکل سی پونے دو سال دے بعد شام دے امن نبھا کے شاید امن سن کے تو رہائی نہیں نکلی امن او منا شیا قوم مٹی ہت بہ کے نہ ہو مدینے دے باہروں جڑا سجاد محمل کھلا دے تے لکھ مچار مانگن دی جھولیاں وچ مسائل سن دے آئے ہوئی گل تے چوبے جڑا بی بی آلیا یتیم ہو کے مدینے ولیا آلیا شہر جدا یتیم ہو کے مدینے ولیا تے 3 سالاں دے سید الصادقین مولا حسین دے موڈے نال یہ سن دے بیان جو بی بی پیا دی حسین ویر میں یتیم ہو کے آ گئیاں او سامنے نانے دا روزہ آ گیا مولا سن دے پیان 3 سالاں دا سید سندا پیائی جو پھپھی پیا دی سامنے نانے دا روزہ آ گیا پہلا لفظ مسائل دا ہائے ایویں کرے جویں جنازہ اٹھدا پیا ہوئے اج جو پونے نو سال دے بعد سجاد محمل کھلا رہے نے جے نانے دے روزے دی پہچان آئی او محمل دا پردہ ہٹا کے پیا دی سجاد اے کیڑی جا جب سمجھ آئی انہیں بے واسطہ ہے نکل گئی ہے گھر ہی میں بسم اللہ جتنے ہائے کر دیو میں سنیا دی دعا ہے کدی اپنے دکھا چلا جے پوچھے اسن سجا دے کیڑی جا غیرت دے دریا کو جوش آئے ہولے ہولے والے ماں اپنے شہر دی پہچان نہیں رہی بی بی جڑی گل کیتی ہے شیاں دے جگر پھٹ کے نرو کے پیا دی ہے سجا جے سچ پوچھدا ہے نا تیرے پیو دے قاتلاں میں نتنا جگایا ہے میری نظر موت گئی تیرے پیو دے قاتلاں اتنا جگایا ہے میں جس دا بی بی فرمایا بشیر جی سٹینڈ فرمایا بن جلال کر جو لی دی دھیاں وطن تے والا میں امام اور نائب امام دی ملاقات دا ایک جملہ پڑھنا ہے بشیر آتا جو ہے تریاں جان دے اس دور جی لاؤڈ سپیکر تا ہونے کوئی نہیں تے آتا ایک ٹپے تے چڑھے ہیں اچھی جگہ تے جمعے دا دے ہیں لوگ جمعے دی نماز واسطے وضو کر کے صلواتاں پہ پڑھ دے ہیں بشیر آتا یا میں ٹپے تے چڑھ کے اعلان کیتا لوگ آؤ صلوات بچا کے زینب بن لے
ਤੁਹਾਡਾ ਹੀ ਕੰਮ ਹੈ ਜਿਹੜੀ ਉਹ ਕਿਸਤਰ ਤੇ ਜਿਹੜੀ ਸੋਹਣੀ ਹੈ ਜਿਹੜੀ ਸਲਵਾਤ ਪੜ੍ਹਦੇ ਪਏ ਹੋ ਨਾ ਤੇ ਬਚਾ ਕੇ ਤੇ ਹੁਸੈਨ ਯਾਵੀਰ ਕੋਹਾ ਕੇ ਅਲੀ ਦੀ ਵਤਨ ਤੇ ਵੱਲ ਹੈ ਬਸ਼ੀਰਾਂ ਦਾ ਜਿਵੇਂ ਐਲਾਨ ਕੀਤਾ ਨਾ ਜਵਾਨਾਂ ਸਿਰ ਤੇ ਪੱਗਾਂ ਮੰਗਣ ਜਿਤਨੇ ਜਵਾਨ ਬੈਠੇ ਹੋ ਨਾ ਜਿਹਨਾਂ ਨੂੰ ਇਸ ਮਹੀਨੇ 'ਚ ਜਲਦੀ ਸਿਹਰੇ ਲਕਸ਼ਣ ਤੇ ਜਿਤਨੇ ਬਜ਼ੁਰਗ ਹੋ ਜਿਹਨਾਂ ਨੇ ਆਪਣੇ ਜਾਨ ਪੁੱਤਰਾਂ ਦੇ ਸਿਹਰਿਆਂ ਦੀ ਇੰਤਜ਼ਾਰ ਹੈ ਤੁਹਾਡੇ ਵਾਸਤੇ ਜੁਮਲਾ ਪਿਆ ਪੜ੍ਹਦਾ ਬਸ਼ੀਰਾਂ ਦੇ ਮਦੀਨੇ ਦੇ ਬਾਜ਼ਾਰ 'ਚ ਮੈਂ ਟੁਰਦਾ ਆਉਂਦਾ ਹੈ ਇਹ ਇੱਕ ਜਵਾਨ ਕਦਮ ਵਧਾਇਆ ਤੇ ਮੇਰੇ ਕੰਨ ਨਾਲ ਮੂੰਹ ਲਾ ਕੇ ਆਉਂਦਾ ਹੈ ਐਲਾਨ ਜੋ ਕੀਤਾ ਇਹ ਗੱਲ ਜਵਾਬ ਦੇ ਲੈਲਾ ਦਾ ਕਬਰੀ ਵਲਾਈ ਐਲਾਨ ਕੀਤਾ ਨਾ ਹਰ ਕੈ ਸੁਣਿਆ ਐਲਾਨ ਪਰ ਜਿਵੇਂ ਮੁਹੰਮਦ ਹਨਫੀਆ ਐਲਾਨ ਹਰ ਕੋਈ ਹਾਈ ਕਰ ਲੈਂਦੇ ਦੁਆ ਨਿਕਲਦੀ ਹੈ ਜਿਹੜੇ ਉਹ ਸੱਤਰ ਤੇ ਹਾਈ ਕਰ ਲੈਂਦੇ ਮੁਹੰਮਦ ਹਨਫੀਆ ਕੌਣ ਹੈ ਅਲੀ ਦਾ ਅਲੀ ਪੁੱਤ ਲਹਿਜੇ ਚਲੀਏ ਕਿਰਦਾਰ ਚਲੀਏ ਅਦਲੇ ਚਲੀਏ ਸ਼ੁਜਾਅਤ ਚਲੀਏ ਔਰ ਇਹ ਛਾਵੀ ਦਾ ਜਬ ਨਾਲ ਕਰਨ ਮੌਲਾ ਹੁਸੈਨ ਨੇ 15 ਮਾਹ ਰਮਜ਼ਾਨ ਮੌਲਾ ਫਰਮਾਇਆ ਹਨਫੀਆ ਤੋਂ ਵਾਪਸ ਵਤਨ ਤੇ ਮੰਗਣਾ ਹੱਥ ਜੁੜ ਕੇ ਫਰਮਾਇਆ ਮੌਲਾ ਰਾਤ ਨਹੀਂ ਲੈਣਾ ਅਕਬਰ ਦੀ ਜੱਜ ਮੈਂ ਚਾੜੂਗਾ ਉਸ ਵਿੱਚ ਬੀਬੀਆਂ ਜ਼ਿਆਦਾ ਹੋ ਸਕਦੀ ਸਮਝ ਆਈ ਉਹਦੀ ਹੈ ਜਿਹੜੀ ਜੱਜ ਮੈਂ ਚਾੜੂਗਾ ਉਸੇ ਸ਼ਹੀਦਾਂ ਢੇਰ ਉਸ ਮਰਦ ਥੋੜੇ ਉਸ ਅੱਜ ਜਿਵੇਂ ਐਲਾਨ ਕੀਤਾ ਮੁਹੰਮਦ ਕੰਨਾਂ ਤੇ ਆਵਾਜ਼ ਪਈ ਮਿੰਬਰ ਤੋਂ ਲੋਕਾਂ ਸਮਝਿਆ ਘਰ ਵੈਂਦੇ ਘਰ ਨਹੀਂ ਗਏ ਮਸਜਿਦ ਨਬਵੀ ਦੇ ਦਰਵਾਜ਼ੇ ਤੇ ਆ ਲੋਕ ਨਮਾਜ਼ ਦੀ ਤਿਆਰੀ ਪਏ ਕਰਦੇ ਹਾਂ ਜਾਂ ਦਰਵਾਜ਼ੇ ਤੇ ਕੁੰਡੇ 'ਚ ਹੱਥ ਪਾ ਕੇ ਅਲੀ ਦਾ ਅਲੀ ਪੁੱਤਰ ਪਿਆ ਲੈ ਨਿਮਾਜ਼ੀ ਆਓ ਨਿਮਾਜ਼ ਪੜ੍ਹੋ ਪਰ ਪਿੱਛੇ ਕੋਈ ਬੱਚਾ ਬਾਜ਼ਾਰ 'ਚ ਨਜ਼ਰ ਨਾ ਆਵੇ ਉਹ ਆਉਂਦੀ ਪਈ ਏ ਜਿਹਨ ਵਿਹੜੇ 'ਚ ਟੁਰਨ ਦਾ ਵਾਗ ਵੀ ਨਾ ਆਇਆ ਉਹ ਆਉਂਦੀ ਪਈ ਏ ਜਿਹਦੇ ਪਹਾਰੇਦਾਰ ਦਾ ਨਾਮ ਬਾਬਾ ਵੇਖਿਆ ਦਰਦਾਂ ਨਾਲ ਰੋਂਦੇ ਪਏ ਉਹਨਾਂ ਵੇਖਿਆ ਜਲਾਲ ਕਿਤਨੇ ਅਲੀ ਦੇ ਲਈ ਪੁੱਤਰ ਦਾ ਰਬ ਬਿਰਾਦੇ ਜੁਮਲਾ ਮੈਂ ਇਸੇ ਬੰਦਿਆਂ 'ਚ ਜ਼ੋਰ ਲਾ ਕੇ ਨਾ ਪੜਸਾਂ ਜੁਮਲਾ ਦੱਸੇ ਸਿੱਖ ਦੇ ਦਿਲ ਵਿੱਚ ਕਬਰੇ ਹੁਸੈਨ ਹੈ ਜਿਵੇਂ ਮੁਹੰਮਦ ਆਖੇ ਤਾਂ ਕੋਈ ਬੱਚਾ ਨਜ਼ਰ ਨਾ ਆਵੇ ਲੋਕ ਨਿਮਾਜ਼ ਪੜ੍ਹਦੇ ਹੀ ਆਣ ਤੇ ਘਰਾਂ ਵਾਲੇ ਪਾਸੇ ਵੱਜਦੇ ਹੀ ਆ ਜਦੋਂ ਮਦੀਨੇ ਦੇ ਸਾਰੇ ਦਰਵਾਜ਼ੇ ਬੰਦ ਹੋ ਗਏ ਜਦੋਂ ਮਦੀਨੇ ਦੇ ਸਾਰੇ ਦਰਵਾਜ਼ੇ ਬੰਦ ਹੋ ਗਏ ਵੱਧ ਜ਼ਹਰਾ ਦਾ ਸਰਿਆ ਹੋਇਆ ਦਰਵਾਜ਼ਾ ਖੁੱਲ੍ਹ ਗਿਆ ਕਹਿੰਦੀ ਅਜੇ ਵੀ ਹਾਏ ਨਹੀਂ ਨਿਕਲੀ ਉਡਾ ਕਰਨ ਮੈਂ ਬਿਸਮਿਲ੍ਲਾਹ ਮਾਂ ਪਿਓ ਦੇ ਨਸ਼ਕੀ ਹੋ ਗਏ ਦਰਵਾਜ਼ਾ ਖੁੱਲਿਆ ਤਰੇ ਜਵਾਨ ਇਨ ਘੋੜਿਆਂ ਤੇ ਸਵਾਰ ਮੁਹੰਮਦ ਹਨਫੀਆ ਇਬਨ ਅਲੀ ਅਬੈਦੁੱਲਾ ਇਬਨ ਅਬਾਸ ਸਲਮਾ ਅਲ ਅਬਾਸ ਦਾ ਪੁੱਤਰ ਅਬਦੁੱਲਾ ਇਬਨ ਜਾਫਰ ਤਿਆਰ ਹੱਕਦਾਰ ਆਲੀਆ ਤਰੇ ਜਵਾਨ ਇਨ ਪਿੱਛੇ ਬੀਬੀਆਂ ਦਾ ਹਲਕਾ ਮਦੀਨੇ ਦੀਆਂ ਤਹਿਜ਼ੀਬ ਯਾਫਤਾ ਬੀਬੀਆਂ ਬੀਬੀਆਂ ਦੇ ਪਿੱਛੋਂ ਪਰਦਾ ਪਰਦੇ ਦੇ ਅੰਦਰ ਦੋ ਇੱਜ਼ਤ ਮਾਂ ਮਸਤੂਰਾ ਇੱਕ ਸ਼ੈਨ ਸੁਗਰਾ ਅਕਬਰ ਦੇ ਮਾਂ ਦਾ ਦਰਦ ਖਾ ਔਰ ਬੀਬੀ ਦੀ ਇੱਜ਼ਤ ਵੇਖਿਆ ਇੱਜ਼ਤ ਬੀਬੀ ਸੁਗਰਾ ਵੇਖਿਆ ਜਿੱਥੋਂ ਬੀਬੀ ਕਦਮ ਚੱਲਦੀ ਹੈ ਨਾ ਮਦੀਨੇ ਦੀਆਂ ਔਰਤਾਂ ਦਰੂਦ ਪੜ੍ਹਦੀਆਂ ਵੱਧ ਕਦਮ ਚੱਲਦੀ ਵੱਧ ਦਰੂਦ ਦੀ ਬਾਰਿਸ਼ ਹੁੰਦੀ ਹੈ ਸਾਨੀ ਆ ਗੱਲ ਖਾ ਗਈ ਏ ਜਿਹੜਾ ਸੁਗਰਾ ਕਦਮ ਚੱਲਦੀ ਹੈ ਤਾਂ ਦਰੂਦ ਦੀ ਬਾਰਿਸ਼ ਹੁੰਦੀ ਹੈ ਜਿਹੜਾ ਆਲੀਆ ਬਾਜ਼ਾਰ ਵਿੱਚ ਕਦਮ ਚੱਲਦੇ ਆ ਤਾਂ ਪੱਥਰਾਂ ਦੀ ਬਾਰਿਸ਼ ਮੈਂ ਬਿਸਮਿਲ੍ਲਾਹ ਕਰਾਂ ਤੁਸੀਂ ਔਖੇ ਜੁਮਲੇ ਦੇ ਇੰਤਜ਼ਾਰ ਵਿੱਚ ਹੋ ਮੈਂ ਤੁਹਾਨੂੰ ਇਮਾਮ ਔਰ ਨਾਇਬ ਇਮਾਮ ਦੀ ਮੁਲਾਕਾਤ ਦਾ ਜੁਮਲਾ ਸੁਣਾਵਾਂ ਮੁਹੰਮਦ ਹਨਫੀਆ ਦਾ ਘੋੜੇ ਦੀ ਵਾਹ ਕੇ ਛੱਤ ਕੈਫੀਅਤ ਸਮਝੇ ਪਿੱਛੋਂ ਬੀਬੀਆਂ
ਬੀਬੀਆਂ ਦੇ ਪਿੱਛੋਂ ਪਰਦਾ, ਪਰਦੇ ਦੇ ਅੰਦਰ ਦੋ ਮਸਤੂਰਾਂ, ਤੁਰਦਿਆਂ ਤੁਰਦਿਆਂ ਮੁਹੰਮਦ ਹਨਫੀਆ ਦੀ ਦੀਦ ਪਈ ਹੈ, ਜੋ ਦੂਰ ਰਸਤੇ ਤੇ ਕੱਜ ਨਬੀ ਬੈਠਾ, ਜਿਹਨੂੰ ਪਤਾ ਅੱਜ ਨਬੀ ਕੌਣ ਹੁੰਦੀ ਹਾਏ ਨਿਕਲ ਗਏ, ਜਿਵੇਂ ਅੱਜ ਨਬੀ ਤੇ ਦੀਦ ਪਈ ਹੈ ਨਾ ਮੁਹੰਮਦ ਤੇ ਫਰਮੈਂਦੇ ਸੁਗਰਾ ਅਕਬਰ ਦੀ ਭੈਣ ਕਦਮ ਰੋ ਚਾਚਾ ਜੱਟ ਸਦੀ ਫਿਰਕਦਾ ਕਿਉਂ ਰੋਕਦੇ ਹੋ, ਵਾਹ ਕੇ ਛੱਤ ਪਾ ਕੇ ਆਉਂਦੇ ਨੇ, ਇਹਨੇ ਕਿਸੇ ਨਹੀਂ ਦੱਸਿਆ ਮੇਰੇ ਨਾਲ ਕੌਣ ਪਈ ਆਉਂਦੀ, ਮੁਹੰਮਦ ਪੇ ਫਰਮੈਂਦੇ ਸੁਗਰਾ ਤੇਰੇ ਰਸਤੇ ਤੇ ਕੋਈ ਅੱਜ ਨਬੀ ਬੈਠਾ, ਜਿਤਨੇ ਭੈਣਾਂ ਦੇ ਵਿਰਾਓ ਜਾਣਦੇ ਹੋ ਫਿਰਾ ਦੀ ਕੰਡ ਤੋਂ ਭੈਣ ਨਹੀਂ ਭੁੱਲਦੀ, ਜੀ ਫੇਰ ਬੰਦੇ ਬੈਠੇ ਹੋਣ ਭੈਣ ਦੂਰੋਂ ਪਛਾਣ ਲੈਂਦੀ, ਉਹ ਮੇਰਾ ਵਿਰਾ ਬੈਠਾ, ਪੌਣੇ ਦੋ ਸਾਲ ਦੇ ਬਾਅਦ ਭੈਣ ਨੇ ਮਹਮਲ ਦਾ ਪਰਦਾ ਹਟਾਇਆ, ਸੱਜਾ ਦੀ ਕੰਡ ਤੇ ਦੀਦ ਪਈ, ਨਿੱਕੇ ਨਿੱਕੇ ਹੱਥ ਬੰਨ ਕੇ ਪਈਆ ਦੀ ਚਾਚਾ ਹਨ ਪਈਆ, ਪੌਣੇ ਦੋ ਸਾਲ ਗੁਜ਼ਰ ਗਏ ਨੇ ਮੰਗਿਆ ਕੁਝ ਨਹੀਂ, ਸੁਗਰਾ ਕਾਇਨਾਤ ਮੰਗ ਮੈਂ ਦੇਵਾ, ਬੀਬੀਆਂ ਦੀ ਚਾਚਾ ਕਾਇਨਾਤ ਨਹੀਂ ਮੰਗਦੀ, ਇੱਕਾ ਮਿਹਨਤ ਕਰੇ ਦੀਆਂ ਜਿਹੜਾ ਰਾਤ ਬੈਠਾ ਨਾ ਇਹਨੂੰ ਉੱਠਿਆ ਹੈ ਸਹੀ ਮਰਿਆ ਹੈ ਨਹੀਂ, ਮੁਹੰਮਦ ਆਦਮ ਸੁਗਰਾ ਅੱਜ ਨਬੀ ਦੀ ਸਿਫਾਰਿਸ਼ ਕਿਉਂ ਕਰੇ ਨਹੀਂ ਹੈ, ਬੀਬੀਆਂ ਦੀ ਚਾਚਾ ਅੱਜ ਨਬੀ ਨਹੀਂ, ਕੰਡ ਤੋਂ ਦੇਖਾ ਤਬੀਰਾ ਸਜਾਦ ਮਨੋ, ਮੈਂ ਬਿਸਮਿਲਲਾਹ ਲਿਖ ਰਹੀ ਹਾਂ ਜਿਹੜੇ ਬਾਲ ਲਾਂਦਾ ਸਫੈਦ ਹੋ ਚੁੱਕੇ, ਮੁਹੰਮਦ ਹਨਫੀਆ ਇਮਾਮ ਦੇ ਸਜਿਓ ਘੋੜਾ ਲਾਇਆ, ਵਾਲਾਂ ਤੇ ਨਿਗਾਹ ਪਈ, ਅਲੀ ਦਾ ਅਲੀ ਪੁੱਤਰ ਪਿਆ ਦੇ ਸਲਾਮ ਅਲੈਕਾ ਜਿਵੇਂ ਆਪਣੇ ਖੂਨ ਆਖੇ ਨਾ ਬੁੜਰਾ ਮੇਰਾ ਸਲਾਮ ਹੋਵੇ, ਰੱਤ ਵੱਧ ਪਈ ਹੈ ਤੇ ਸਰ ਚਾ ਕੇ ਫਰਮੈਂਦੇ ਨੇ ਮੇਰਾ ਵੀ ਸਲਾਮ ਜਵਾਨ ਚਾਚਾ, ਜਵਾਨ ਚਾਚਾ ਮਜ਼ਮੂਨ ਤੁਸੀਂ ਨਿਤ ਸੁਣ ਲਿਓ, ਲਾਤਰਾ ਦੁਲਰਾ ਜੁਮਲੇ ਦੀ ਗੱਲ ਕਰਿਆ ਹੈ, ਮੁਹੰਮਦ ਹਨਫੀਆ ਦੀ ਨਿਗਾਹ ਪਈ ਹੈ, ਇਹ ਜਿਹੜੀ ਜਗ੍ਹਾ ਹੀ ਨਾ ਇਮਾਮ ਦੀ ਕਿ ਰਾਤ ਦੀ ਵਜ੍ਹਾ ਤੋਂ ਸੁਰਖ ਹੈ, ਮੁਹੰਮਦ ਪੇ ਫਰਮੈਂਦੇ ਨੇ ਮੁਸਾਫਿਰਾ ਅਰਬ ਦੇ ਸਹਿਰਾ ਚ ਗਰਮ ਹਵਾ ਘੁਲਦੀ ਹੈ, ਜਿਹੜੀ ਮੁਸਾਫਰ ਦੀ ਅੱਖਾਂ ਤੇ ਅਸਰ ਅੰਦਾਜ਼ ਹੁੰਦੀ ਹੈ, ਤੇਰੀਆਂ ਅੱਖਾਂ ਜ਼ਖਮੀ ਹਨ, ਰਾਤ ਵੱਧ ਪਈ ਹੈ ਬਹਿ ਪਾਸ ਮੂੰਹ ਕਰਕੇ ਆਉਂਦਾ ਹੈ, ਅੱਖਾਂ ਨਹੀਂ ਮੇਰਾ ਜਿਗਰ ਜ਼ਖਮੀ, ਅੱਖਾਂ ਨਹੀਂ ਮੇਰਾ ਹਾਂ ਜ਼ਖਮੀ, ਇਹ ਜੁਮਲੇ ਦੇ ਲਿਖਾਂ ਮਿਹਨਤ ਕਰਾਇਆ, ਮੁਹੰਮਦ ਆਦਮ ਮੁਸਾਫਿਰਾ ਤੂੰ ਆਏ ਮਦੀਨੇ ਚਿਰਕਾ, ਦੇਰ ਨਾਲ ਆਇਆ ਕੋ ਪੌਣੇ ਨੂੰ ਸਾਲ ਪਹਿਲੇ ਆਵਿਆ, ਤੇਰੀ ਰੱਤ ਦਾ ਇਲਾਜ ਮਦੀਨੇ ਚ ਕਰੀ, ਫਰਮੈਂਦੇ ਨੇ ਕੌਣ ਕਰੇਗਾ, ਮੁਹੰਮਦ ਆਦਮ ਬਿਸਮਿਲਲਾਹ ਰਹਿਮਾਨ ਰਹੀਮ, ਰਿਸ਼ਤੇ ਚ ਮੇਰਾ ਬਦਰੀਜ ਹੈ, ਕੁੰਜ ਮੇਰਾ ਉਹ ਇਮਾਮ ਹੈ, ਨਾਮ ਸਜਾਦ ਹੈ, ਬੜੇ ਸੌਖਾ ਸੁਣਿਆ ਯਾਰ ਮਦੀਨੇ ਚ ਜ਼ਲਜ਼ਲਾ ਆਇਆ, ਸੈਯਦ ਰੋਜ਼ੇ ਰਸੂਲ ਵਾਲੇ ਪਾਸੇ ਨੇ ਕਿਹਾ ਦੇ ਨਹੀਂ ਯਾਰ ਮਾਂ ਨੇ ਸ਼ਦਾ ਸਜਾਦ ਸ਼ਾਮ ਵਿੱਚ ਮਰ ਗਿਆ ਹੋ, ਮੈਂ ਬਿਸਮਿਲਲਾਹ ਅਲੀ ਦੀਆਂ ਧੀਆਂ ਰਾਜ਼ੀ ਹੋਵੇ ਜਵਾਨ ਦੀ ਨਾ ਸ਼ਕੀਲ ਹੋਵੇ, ਉਸੇ ਨੇ ਮੁਹੰਮਦ ਪੇ ਫਰਮਾਇਆ ਦੇ ਮੁਸਾਫਿਰਾ ਤੁਹਾਡੇ ਚਿਹਰੇ ਤੇ ਇਤਨਾ ਨੂਰ ਹੈ, ਮੇਰਾ ਦਿਲ ਕਰਦਾ ਹੈ ਮੈਂ ਘੋੜੇ ਤੋਂ ਲਵਾਂ ਤੁਹਾਡੇ ਦਰਦ ਸੁਣਾ, ਪਰ ਮਿੰਨਤ ਲਾਓ ਇਹ ਰਸਤਾ ਛੋੜੋ, ਬੜੀ ਮੁੱਦਤ ਦੇ ਬਾਅਦ ਮੈਂ ਅੱਜ ਆਪਣੀ ਮਰਜ਼ੀ ਨਾਲ ਨਹੀਂ ਤੇ ਮੈਂ ਜਿੱਥੇ ਬਾਅਦ ਆਇਆ ਮੈਂ ਅਕਬਰ ਦਾ ਕਾਤਲ ਬਣ ਗਏ ਬੈਠੇ ਉਸ ਬਾਅਦ ਜਿੱਥੇ ਬਾਂਧਾ ਤੈ ਪਾਸੋ ਤੈ ਪਾਸੋ ਅਕਬਰ ਦਾ ਕਾਤਲ ਹਾਂ ਨਹੀਂ ਰਸਤਾ ਛੋੜੋ ਮੈਂ ਮਜਬੂਰ ਹਾਂ, ਜਿਨ੍ਹਾਂ ਦੀਆਂ ਗੱਲਾਂ ਦੇ ਛੱਤਾਂ ਤੇ ਅਲਮ ਲੱਗੇ ਹੋਣ ਜਿਹੜੇ ਹਰ ਸ਼ਬੇ ਜੁਮਾ ਅਲਮ ਦੇ ਥੱਲੇ ਦੁਆ ਕਰਨ ਵਾਲਾ ਜਬ ਸਮਝਦੇ ਹੋ ਤੁਹਾਡੀ ਮੇਰਾ ਸਹਿ ਨਿਕਲ ਸੀ ਆਦੇ ਰਾਹ ਛੋੜ ਮੈਂ ਮਜਬੂਰ ਹਾਂ, ਸੈਯਦ ਆਦੇ ਅਲੀ ਦਾ ਪੁੱਤਰ ਤੇ ਮਜਬੂਰੀ ਪਰ ਸੈਯਦ ਸਾਜਦੀਨ ਆਪਣੇ ਆਪ ਨੂੰ ਪਿਆ ਦੇਣ ਹਾ ਅਕਸਰ ਅਲੀ ਦੇ ਪੁੱਤਰਾਂ ਨੂੰ ਮਜਬੂਰੀਆਂ ਖਾਵੈਂਦੀਆਂ, ਮੁਹੰਮਦ ਆਦਮ ਮੁਸਾਫਿਰਾ ਤੈਂ ਕੋਈ ਅਲੀ ਦਾ ਹੋਰ ਪੁੱਤਰ ਹੀ ਮਜਬੂਰ ਡਿੱਠਾ,
تڑپن مولا سجاد رو کے فرمیندن ایک ڈٹھا ہا جڑا 9 لاکھ وچ تلیاں ملدا ہا رو رو کے آتا ایک حملے دی اجازت مل جاوے اینا تو پوچھا اینا میری سین نے برکے دا نا کے چھوڑو میں مجبور ہل گئی مدینے دی نگری محمد پہلا ویڑ کر کے آدھے دا چھوڑ میرے نال سجاد دی بھینے توڑی ہائے نکلیے سجاد نا میرا دواد پہیے سیدہ نے تیرنا سجاد دی بھینے میرے نال عباس دی بھینے جڑے غازی مولا دی مرید بیٹھے عباس دا نام آیا مدینے دی نگری ہل لگ پہیے محمد حنفیہ دے موسا تیرا یار مانے تیری جات کئی ہو رو ویا میں علی دا پتر بن کے تین اپنے طریقے نال اٹھایا سیدہ دے ٹھہر جا چاچا کوئی ارمان نہ رہ جاوے اچا ویڑ کر کے آدر پا کر جلدی آ میری کان تو چولا جا اللہ دی قسم پا کر چایا نہیں سخما تو چھڑایا جویں محمد دی دید پئی ہے محمد گھوڑے تو چھڑے ہے سجاد دی کڑ چمکیا دے انج لگدا ہے تیرے چھوڑا ونا لا کوئی سر تے ماتم دا برسال دا ادا جانیاں دی حسرت ہے کوئی نہیں تواڈے ہاتھ نہ پڑنا لا مجبوری ائی تے عباس دی بہناں دی ہے جویں کان تے نظر پئی ہے محمد آدر مسافر تین تے کسے بڑے مارے ہے غریب ویڑ کر کے آدھے منت لا میں کنڈ کر بہانا آدھر میں کنڈ کر بہانا اپنے پردے دارا نو آنکھ میری کنڈ پیچھو لگ جاویں تور پین محمد حنفیا اکبر دی بہن دے کولا کیا دن سزرا جڑا رات بیٹھے اون کسے بڑے سزرا تو اکبر دی بہن دی کنڈ پیچھو لگ جا چاچا جا میں لگ وینیا اللہ دی کائنات وچ پہلا تے آخری مندر بنیا ہے عباس دے لب دی قسم سکا پیرائے جڑا کنڈ کر کے سکی بہنے جڑی پردے بنا کے لگی آدھی ہے جیوے سجا دی نظر بہن دے ترکھے قدمہ دے پئی ہے اچھا وین کر کے آدھے قدم حالے چاک بر بر چھکا گئی غریب وین کر کے آدھے لگ نظر گئی ہے سر دا مادام تیرے اکا برانو ویچا جنگل کارا و ملائے سیدہ دے کوئی ویر نو لیا میرا دل آئی میں تھا ہی چھوڑ دے ماں پر جوانا بزرگا پھرانا دی محبت ہے میں تو انہوں ایک منت کرنی ہے میں کر لئی تے میرے آمن دا مقصد پورا ہوئے سی بھاج پیا تیرا پنجواں امام بابے دے پیرا تے آ کے آ گئے بابا جنی تانگ تے آئے آسے لگ گئے بابا جنی تانگ دے جی دے آسے ہو تے لگ گئی ہے پنجواں امام پھوپی دے پیرا تے آئے اچھا رو گیا دے جے دے تو پردے بنا کے لگی آئیے تیرے پیو دی پاک دا وارا سجا جتنے علماء لے دے ماں تمہیں ادھر ہاتھ بلند کرو علماء لے دے ماں تمہیں ہاتھ چاہو ہر بندہ مولا غازی دا ماں تمہیں میرے نال آج ایک وعدہ کرو کوئی جیڑا غریب ہوئے کسے دی منت نہیں کرے گا میں سیدہ تڑا مہمان گلے چ کپڑا پا کے تہاڈی منت پیا کرے گا اگر تہاڈے وچوں کوئی اپنی بھائی نال ناراض ہے شریکے دی پرواہ بالکل نہ کرے مجلس ختم ہوئے سزا بھائی دے بوئے تے لگا جاوے انہاں بھائیاں دی کوئی زندگی نہیں آندی جنہاں تے پھرار سے ہوئے بھاج پئیے سورا چادر چھڑی ہے نہیں سبلی ہے سجا تے پیرا تے جھڑ کے آدھی ہے میں معافی منگنا سر تے بادم دا پرسا سجا دا دے میں تو دیکھ میری اکبر کما سجاد جوانی اچ بڑھنا کیوں ہو گئی ہے سجاد موت ماتم کر کے آدھے ڈٹھی ماں کر دی بے غیر تاوے چاہ میں
ਪਿੱਠੇ ਨੱਚਦੇ ਕਾਤਲਾ ਅਗਰ ਸਾਰੇ ਸਿਰ ਦਾ ਮਾਤਮ ਕਰੋ ਮੈਂ ਤੁਮੈਨ ਸੁਣਾਵਾਂ ਜਿਸ ਤੇ ਬੀਬੀ ਰੁਮਾਮ ਦੀ ਮੋਹਰ ਲੱਗੀ ਹੋਈ ਹੈ ਜਿਨ੍ਹਾਂ ਛੋਲੀਆਂ ਚ ਪੁੱਤਰ ਕੋਈ ਨਹੀਂ ਛੋਲੀਆਂ ਫੈਲਾ ਹੋਇਆ ਹੈ ਜਨਾਬੇ ਸੁਗਰਾ ਛੋਟੀ ਦੀ ਟੇਕ ਤੇ ਉੱਠਦੇ ਆਏ ਹੱਕਲ ਮਾਰ ਕੇ ਆਦਰ ਅੱਲਾ ਦੇ ਨਾਂ ਤੇ ਦਰਸਾ ਮਾਰੋ ਬਾਬ ਹੱਲਾ ਬਤੁਰ ਗਈ ਹੈ ਸਈਆਦਾ ਦੇ ਜਿਹੜੀ ਥੋਪ ਤੇ ਰੋਂਦੀ ਹੈ ਮਾਰੋ ਬਾਬ ਹੀ ਹੈ ਬੀਬੀ ਆਦੀ ਜੇ ਮਾਰੋ ਬਾਬ ਹੈ ਵਤ ਅੱਲਾ ਦੇ ਨਾਂ ਤੇ ਦਰਸਾ ਕਿਉਂ ਖਾਲੀ ਛੋਲੀ ਮੇਰੀ ਅਮੜੀ ਦੀ ਮੇਰਾ ਕੇ ਲਗੀਆਂ ਸਜ਼ਰ ਹਾਇਓ ਲਾਲੇ ਮੈਂ ਪੱਲੋ ਬਣਨਾ ਹੈ ਨਾਟਕ ਸਕੀਫਾ ਦੇ ਸ਼ਾਹਿਦ ਸ਼ਰਾਬੀ ਨਹੀਂ ਇਹ ਦੁਖਤਰ ਫਰੋਸੀ ਹੈ ਪੇਸ਼ਾ ਤਜਾਰਤ ਸਧਾਰਨ ਦੀ ਕੋਈ ਕਾਮਯਾਬੀ ਨਹੀਂ ਸਧਾਰਨ ਦੀ ਕੋਈ ਕਾਮਯਾਬੀ ਨਹੀਂ ਹਯਾ ਹੋਵੇ ਵਾਲਿਦ ਕੋ ਦੁਖਤਰ ਦੇ ਕੋਲ ਜਨਾਬ ਨਾਰਾਇਣ ਜਨਾਬ ਆਸਫ ਰਜ਼ਾ ਮੁਲਤਾਨੀ ਸਾਹਿਬ